ਤਾਂ ਸਾਡਾ ਰੋਸ ਪ੍ਰਦਰਸ਼ਨ ਜੋ ਸਰਕਾਰ ਸਾਡੇ ਨਾਲ ਲਗਾਤਾਰ ਲਾ ਰਹੀ ਹੈ ਉਸ ਦੇ ਵਿਰੁੱਧ ਅੱਜ ਨੰਗਲ ਆਨੰਦਪੁਰ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਸੀ, ਜਿਸ ਨੂੰ ਤਕਰੀਬਨ 1.5 ਤੋਂ 2 ਘੰਟੇ ਜਾਮ ਰੱਖਣ ਤੋਂ ਬਾਅਦ ਸਰਕਾਰ ਕਿਤੇ ਹਰਕਤ ਦੇ ਵਿੱਚ ਆਈ ਹੈ। ਅਤੇ ਜੋ ਸਾਡੀ ਮੰਗ ਹੈ ਕਿ ਸਾਡੇ ਪੇਪਰ ਦੀ ਡੇਟ 7 ਜੁਲਾਈ ਤੋਂ ਪਹਿਲਾਂ ਕੀਤੀ ਜਾਵੇ ਜਾਂ ਜੂਨ ਦੇ ਵਿੱਚ ਲਿਆ ਜਾਵੇ ਤਾਂ ਜੋ ਸਾਡੀ ਭਰਤੀ ਜੁਲਾਈ ਦੇ ਵਿੱਚ ਕੰਪਲੀਟ ਹੋ ਕੇ ਅਸੀਂ ਸਕੂਲਾਂ ਦੇ ਵਿੱਚ ਜੁਆਇਨ ਕਰ ਸਕੀਏ। ਅੱਜ SDM ਸਾਹਿਬ ਦੇ ਆਸ਼ਵਾਸਨ 'ਤੇ ਕੱਲ੍ਹ 3 ਵਜੇ ਤੱਕ ਦਾ ਅਸੀਂ ਸਰਕਾਰ ਨੂੰ ਸਮਾਂ ਦਿੱਤਾ। ਜੇ ਕੱਲ੍ਹ 3 ਵਜੇ ਤੱਕ ਸਰਕਾਰ ਸਾਡੀ ਡੇਟ ਪੋਰਟਲ 'ਤੇ ਚੇਂਜ ਨਹੀਂ ਕਰਦੀ, 7 ਜੁਲਾਈ ਤੋਂ ਪਹਿਲਾਂ ਪੇਪਰ ਨਹੀਂ ਲਿਆ ਜਾਂਦਾ, ਤਾਂ ਅਸੀਂ ਨੰਗਲ ਨੈਸ਼ਨਲ ਹਾਈਵੇ ਅਣਮਿੱਥੇ ਸਮੇਂ ਲਈ ਬਲੋਕ ਕਰਾਂਗੇ। ਸੋ ਅਸੀਂ ਇਸ ਸਰਕਾਰ ਤੋਂ ਇਹ ਉਮੀਦ ਕਰਦੇ ਹਾਂ ਉਹਨਾਂ ਵੱਲੋਂ ਜੋ ਭਰੋਸਾ ਦਿੱਤਾ ਗਿਆ ਉਸ 'ਤੇ ਖਰਾ ਉਤਰਨ, ਨਹੀਂ ਤਾਂ ਬੇਰੁਜ਼ਗਾਰ ਹਮੇਸ਼ਾ ਸੜਕਾਂ 'ਤੇ ਸੰਘਰਸ਼ ਦੇ ਰਾਹ 'ਤੇ ਤੁਰਦੇ ਰਹਿਣਗੇ। ਇਸ ਦੇ ਨਾਲ ਅਸੀਂ ਇਹ ਵੀ ਅਪੀਲ ਕਰਦੇ ਹਾਂ ਸਰਕਾਰ ਵਾਰ ਵਾਰ ਆਪਣੇ ਲਾਰੇ ਤੋਂ ਨਾ ਬਦਲੇ। ਜੇਕਰ ਹੁਣ ਸਰਕਾਰ ਨੇ ਕੱਲ੍ਹ ਵਾਲੀ ਮੀਟਿੰਗ 'ਤੇ ਸਾਡੇ ਨਾਲ ਲਾਰਾ ਜਾਂ ਵਾਅਦਾ ਖਿਲਾਫੀ ਕੀਤੀ ਤਾਂ ਇਸ ਦਾ ਨਤੀਜਾ ਸਰਕਾਰ ਨੂੰ ਆਉਣ ਵਾਲੀਆਂ ਜ਼ਿਮਨੀ ਚੋਣਾਂ 'ਚ ਵੀ ਭੁਗਤਣਾ ਪਏਗਾ ਅਤੇ ਅੱਗੇ ਹੋਰ ਵੀ ਇਲੈਕਸ਼ਨ ਨਗਰ ਨਿਗਮ ਦੇ ਇਲੈਕਸ਼ਨਾਂ ਵਿੱਚ ਵੀ ਭੁਗਤਣਾ ਪਵੇਗਾ। ਧੰਨਵਾਦ। 99 ਯੂਨੀਅਨ ਦੀ ਅੱਜ ਸਿੱਖਿਆ ਮੰਤਰੀ ਸਾਹਿਬ ਨਾਲ ਮੀਟਿੰਗ ਸੀ ਪੈਨਲ, ਅਤੇ ਜਿਸ 'ਚ ਸਿੱਖਿਆ ਮੰਤਰੀ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਵੀ ਕੱਲ੍ਹ ਨੂੰ BC ਸਾਹਿਬ ਆਉਣਗੇ ਅਤੇ ਪੇਪਰ ਦੀ ਤਰੀਕ ਚੇਂਜ ਕੀਤੀ ਜਾਊਗੀ, ਕਿਉਂਕਿ ਸਾਡਾ ਪੇਪਰ ਮਾਮੂਲੀ ਪੇਪਰ ਆ, ਕੋਮਨ ਐਗਜ਼ਾਮ ਹੈ। ਸਰਕਾਰ ਨੇ ਡੰਗ ਟਪਾਊ ਨੀਤੀ ਦੇ ਤਹਿਤ ਇਹ ਬਹੁਤ ਦੂਰ ਜਾ ਕੇ ਡੇਟ ਦਿੱਤੀ ਹੈ ਇਹਦੀ। ਪਹਿਲਾਂ ਸਾਨੂੰ ਸਿੱਖਿਆ ਮੰਤਰੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਸੀ ਵੀ ਤੁਹਾਡਾ ਪੇਪਰ ਆ ਜਿਹੜਾ ਉਹ ਜੂਨ ਮਹੀਨੇ ਕੰਡਕਟ ਕਰਵਾਇਆ ਜਾਵੇਗਾ, ਜਿਸ ਤੋਂ ਕੇਡਰ ਸਾਡਾ ਭਾਵਕ ਹੋ ਕੇ ਅੱਜ ਨੰਗਲ ਆਨੰਦਪੁਰ ਹਾਈਵੇ 'ਤੇ ਬੈਠਿਆ ਸੀ, ਜਾਮ ਕੀਤਾ ਸੀ ਉਹਨੂੰ ਘੰਟੇ ਵਾਸਤੇ। ਪਰੰਤੂ ਕੱਲ੍ਹ ਨੂੰ ਜੇਕਰ ਸਾਡੀ ਮੀਟਿੰਗ ਬੇਸਿੱਟਾ ਰਹਿੰਦੀ ਹੈ ਤਾਂ ਅਸੀਂ ਇਸ ਨੂੰ ਪੱਕੇ ਤੌਰ 'ਤੇ ਬੰਦ ਕਰ ਦਾਂਗੇ। ਇਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ, ਕਿਉਂਕਿ ਉਹਨਾਂ ਦੇ ਵਾਰ-ਵਾਰ ਵਿਸ਼ਵਾਸ 'ਤੇ ਸਾਡਾ ਮੀਟਿੰਗ 'ਚ ਜਾਂਦਿਆਂ ਦਾ ਵਿਸ਼ਵਾਸ ਟੁੱਟਦਾ ਹੈ। ETT 99 ਯੂਨੀਅਨ ਵੱਲੋਂ ਇਹ ਲਾਸਟ ਅਤੇ ਆਖਰੀ ਵਾਰ ਨੇਗਾ ਸਰਕਾਰ ਨੂੰ, ਜੇਕਰ ਸਾਡੇ ਪੇਪਰ ਦੀ ਤਰੀਕ ਜੂਨ ਮਹੀਨੇ 'ਚ ਨਹੀਂ ਆਉਂਦੀ ਤਾਂ ਇਹ ਨੰਗਲ ਅਤੇ ਆਨੰਦਪੁਰ ਹਾਈਵੇ ਆ ਜਿਹੜਾ, ਇਸ ਨੂੰ ਅਸੀਂ ਪੱਕੇ ਤੌਰ 'ਤੇ ਬੰਦ ਕਰ ਦੇਵਾਂਗੇ।